ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦਾ ਗੁਰੂ ਗਿਆਨ ਗੁਰੂ ਹੈ। ਮੈਂ ਲਫ਼ਜ਼ ਤਾਂ ਵਰਤਿਆ ਵੀ ਸਿੱਖਾਂ ਦਾ ਗੁਰੂ ਗਿਆਨ ਗੁਰੂ ਹੈ, ਕਿਉਂਕਿ ਸਿੱਖ ਦਾਅਵਾ ਕਰਦੇ ਨੇ ਸਾਡਾ ਗੁਰੂ ਗਿਆਨ ਹੈ ਔਰ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਗਿਆਨ, ਕਿਉਂਕਿ ਉਹਦੇ ਅੰਦਰ ਸਾਰਾ ਗਿਆਨ ਹੀ ਭਰਿਆ ਪਿਆ। ਜਿਹਦਾ ਗੁਰੂ ਗਿਆਨ ਹੋਵੇ ਉਹਦਾ ਸਟੂਡੈਂਟ, ਉਹਦਾ ਬੱਚਾ ਅਗਿਆਨੀ ਨਹੀਂ ਸੀ ਚਾਹੀਦਾ। ਪਰ ਅਗਰ ਸਭ ਤੋਂ ਜ਼ਿਆਦਾ ਵਹਿਮੀ ਵੇਖਣੇ ਨੇ, ਭਰਮ ਦੇ ਅੰਦਰ ਡੁੱਬੇ ਵੇਖਣੇ ਨੇ, ਭੁਲੇਖੇ ਦੇ ਸ਼ਿਕਾਰ ਵੇਖਣੇ ਨੇ, ਪਖੰਡੀ ਵੇਖਣੇ ਨੇ, ਪਖੰਡੀਆਂ ਦੇ ਡੇਰੇ ਚੱਲਦੇ ਵੇਖਣੇ ਨੇ, ਡੇਰਿਆਂ 'ਤੇ ਜਾਣ ਵਾਲੇ ਵੇਖਣੇ ਨੇ, ਅਤੇ ਉਹ ਸਭ ਤੋਂ ਜ਼ਿਆਦਾ ਸਿੱਖਾਂ ਦੇ ਅੰਦਰ ਮਿਲਦੇ ਨੇ। ਸਿੱਖ ਕੌਮ ਬਹਾਦਰ ਕੌਮ ਸੀ, ਦਾਨਿਸ਼ਮੰਦ ਕੌਮ ਸੀ, ਪਰ ਗਰਕ ਹੋ ਕੇ ਰਹਿ ਗਈ ਡੇਰੇ ਵਾਲਿਆਂ ਦੇ ਕੋਲ ਜਾ ਜਾ ਕੇ, ਪਖੰਡ ਅਤੇ ਵਹਿਮ ਅਤੇ ਭਰਮ ਅਤੇ ਧਾਗੇ ਅਤੇ ਤਵੀਤਾਂ ਦੇ ਅੰਦਰ ਉਲਝ ਉਲਝ ਕੇ। ਪਤਾ ਨਹੀਂ ਕਿੰਨੀਆਂ ਮੜੀਆਂ, ਕਿੰਨੀਆਂ ਮੱਠੀਆਂ, ਕਿੰਨੇ ਡੇਰੇ, ਕਿੰਨੀਆਂ ਤੁਸੀਂ ਸਮਾਧਾਂ ਬਣਾਈਆਂ ਨੇ ਜਿਨ੍ਹਾਂ 'ਤੇ ਦੀਵੇ ਜਗਾਉਂਦੇ ਹੋ, ਜਿਨ੍ਹਾਂ ਨੂੰ ਪੂਜਣਾ ਚਾਹੁੰਦੇ ਹੋ। ਪਾਠ ਕਰੋ, ਪਰ ਪਾਠ ਕਰਨ ਦੇ ਅੰਦਰ ਕੋਈ ਗਿਣਤੀ ਦਾ ਲੇਖਾ ਜੋਖਾ ਨਾ ਹੋਵੇ। ਜਿਹੜਾ ਲੇਖਾ ਜੋਖਾ ਹੁੰਦਾ ਹੈ ਨਾ, ਉਹ ਵਪਾਰ ਦੇ ਅੰਦਰ ਹੁੰਦਾ ਹੈ। ਇਹ ਮੈਂ ਗੱਲ ਜਿਹੜੀ ਭਰਮ ਵਾਲੀ ਕੀਤੀ ਨਾ, ਵੀ ਡੇਰੇਦਾਰਾਂ ਨੇ ਤੁਹਾਡੇ ਮਨ ਦੇ ਅੰਦਰ ਇੱਕ ਭਰਮ ਪਾਇਆ ਹੈ ਵੀ ਦੋ ਪਾਠ ਕਰਨੇ ਨੇ, ਚਾਰ ਕਰਨੇ ਨੇ, ਇੰਨੇ ਕਰਨੇ ਨੇ, ਇੰਨੇ ਨਹੀਂ ਕਰਨੇ, 40 ਦਿਨ ਕਰਨੇ ਨੇ, ਇੰਨੇ ਦਿਨ ਕਰਨੇ ਨੇ, ਦੋ ਵੱਧ ਕਰਨੇ ਨੇ, ਘੱਟ ਕਰਨੇ ਨੇ, ਇਹ ਭਰਮ ਪਾਇਆ। ਤਾਂ ਮੈਂ ਗੱਲ ਕਰ ਰਿਹਾ ਸਾਂ ਵੀ ਜਿਹੜਾ ਲੇਖਾ ਜੋਖਾ ਹੁੰਦਾ ਨਾ, ਉਹ ਦੁਕਾਨਦਾਰੀ ਦੇ ਅੰਦਰ, ਬਿਜ਼ਨਸ ਦੇ ਅੰਦਰ ਹੋਣਾ ਬੜਾ ਜ਼ਰੂਰੀ ਹੈ। ਜਿਹੜੇ ਦੁਕਾਨਦਾਰ ਦੇ ਅੰਦਰ, ਬਿਜ਼ਨਸ ਦੇ ਅੰਦਰ ਲੇਖਾ ਜੋਖਾ ਨਹੀਂ, ਉੱਥੇ ਘਾਟਾ ਪੈਣ ਦੀ ਸੰਭਾਵਨਾ ਹੈ। ਅਤੇ ਜਿਹੜੇ ਪਿਆਰ ਦੇ ਅੰਦਰ ਲੇਖਾ ਜੋਖਾ ਹੈ, ਉੱਥੇ ਵੀ ਘਾਟਾ ਪੈਣ ਦੀ ਸੰਭਾਵਨਾ ਹੈ। ਪਿਆਰ ਦੇ ਅੰਦਰ ਲੇਖਾ ਜੋਖਾ ਨਹੀਂ ਹੁੰਦਾ, ਪਿਆਰ ਦੇ ਅੰਦਰ ਗਿਣਤੀ ਮਿਣਤੀ ਨਹੀਂ ਹੁੰਦੀ। ਬਾਣੀ ਪੜ੍ਹੋ, ਕੌਣ ਰੋਕਦਾ ਹੈ ਵੀ ਨਾ ਪੜ੍ਹੋ? ਗੱਲ ਨੂੰ ਪੂਰੀ ਸਮਝ ਕੇ ਫਿਰ ਅੱਗੇ ਕਮੈਂਟ ਕਰਿਆ ਕਰੋ। ਬਾਣੀ ਪੜ੍ਹੋ, ਜਿੰਨੀ ਮਰਜ਼ੀ ਪੜ੍ਹੋ, ਪਰ ਉਹਨੂੰ ਆਪਣੇ ਉੱਤੇ ਲਾਗੂ ਕਰੋ। ਨੰਬਰ 1, ਬਾਣੀ ਦੇ ਅਨੁਸਾਰ ਚੱਲਣ ਦਾ ਯਤਨ ਕਰੋ। ਕੋਈ ਗਿਣਤੀ ਦਾ ਲਾਭ ਨਹੀਂ, ਭਾਵੇਂ ਹਜ਼ਾਰਾਂ ਪਾਠ ਕਰ ਲਏ ਜਾਂ ਨਹੀਂ ਕਰ ਲਏ, ਜਿੰਨਾ ਸਮਾਂ ਤੁਸੀਂ ਆਪਣੇ ਆਪ ਨੂੰ ਸੁਧਾਰ ਨਹੀਂ ਪਾਏ। ਪਖੰਡੀਆਂ ਦਾ ਕੰਮ ਕੀ ਚੱਲਦਾ ਹੈ? ਉਹ ਮਾਲਾ ਦੇ ਦਿੰਦੇ ਨੇ, ਕਹਿ ਦਿੰਦੇ ਨੇ ਜੀ 40 ਦਿਨ ਫਲਾਣੇ ਫਲਾਣੇ ਗੁਰਦੁਆਰੇ ਜਾਣਾ ਹੈ, ਨਿਸ਼ਾਨ ਸਾਹਿਬ ਦਾ ਥੜਾ ਧੋਣਾ ਹੈ, ਆਹ ਪਾਠ ਕਰਨਾ ਹੈ, ਲੰਗਰ ਦੀ ਸੇਵਾ ਕਰਨੀ ਹੈ, ਜੋੜਿਆਂ ਦੀ ਸੇਵਾ ਕਰਨੀ ਹੈ, ਇੱਦਾਂ ਕਰਨਾ ਹੈ, ਉੱਦਾਂ ਕਰਨਾ ਹੈ। ਇਹ ਸਾਰੇ ਕੰਮ ਕਰਨੇ ਜ਼ਰੂਰੀ ਨੇ, ਪਰ ਅੰਕੜਾ ਦੇਣਾ ਜ਼ਰੂਰੀ ਕਿਉਂ ਹੈ? 40 ਦਿਨ ਦਾ ਅੰਕੜਾ ਕਿਉਂ ਜ਼ਰੂਰੀ ਹੈ? ਜਾਂ ਇਸ ਤੋਂ ਘੱਟ ਜਾਂ ਵੱਧ ਅੰਕੜਾ ਜ਼ਰੂਰੀ ਕਿਉਂ ਹੈ? ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਤੁਸੀਂ ਜੋੜਿਆਂ ਦੀ ਸੇਵਾ ਕਰਿਆ ਕਰੋ, ਉੱਥੇ ਜਾਓਗੇ, ਕੀਰਤਨ ਕਥਾ ਸੁਣੋਗੇ, ਕੋਈ ਮਨ ਦੇ ਉੱਤੇ ਅਸਰ ਹੋਏਗਾ? ਤੁਸੀਂ ਭਾਂਡਿਆਂ ਦੀ ਸੇਵਾ ਕਰਿਆ ਕਰੋ, ਨਹੀਂ ਕਰਾਂਗੇ ਤਾਂ ਫਿਰ ਸਾਰੇ ਛਕਣ ਵਾਲੇ ਹੋਣਗੇ ਅਤੇ ਛਕਾਉਣ ਵਾਲਾ ਕਿੱਥੋਂ ਲੱਭਾਂਗੇ? ਖੈਰ, ਤੁਸੀਂ ਉਹਨੂੰ ਦਿੰਦੇ ਹੋ 40 ਦਿਨ ਦਾ ਅੰਕੜਾ। ਤਾਂ ਜਿਹੜਾ ਮੈਂ ਇੱਕ ਗੱਲ ਕਰਦਾ ਵੀ ਜਿਹੜਾ ਤੁਸੀਂ ਅੰਕੜਾ ਦਿੰਦੇ ਹੋ, ਜਿਹਦੀ ਕੋਈ ਮੁਸ਼ਕਲ ਹੈ, ਉਹ ਤੁਹਾਡੇ ਕੋਲ ਆਇਆ, ਉਨੇ ਦਿਨ ਉਹ ਪਾਠ ਸੇਵਾ ਸਭ ਕੁਝ ਕਰੇਗਾ, ਪਰ ਪੂਰਾ ਵਿਸ਼ਵਾਸ ਅਤੇ ਸ਼ਰਧਾ ਬਣਾ ਕੇ ਕਰੇਗਾ। ਜਿਸ ਦਿਨ 40 ਤੋਂ ਦਿਨ ਟੱਪਣੇ ਸ਼ੁਰੂ ਹੋਏ, 41ਵਾਂ ਦਿਨ ਆਇਆ, ਉਹਦੀ ਸ਼ਰਧਾ, ਉਹਦਾ ਪਿਆਰ ਘਟਣਾ ਸ਼ੁਰੂ ਹੋਏਗਾ। ਅਤੇ ਜਿਵੇਂ ਜਿਵੇਂ ਸਮਾਂ ਵੱਧਦਾ ਜਾਏਗਾ, ਲੰਮਾ ਹੁੰਦਾ ਜਾਏਗਾ, ਤਿਵੇਂ ਤਿਵੇਂ ਉਹਦੀ ਸ਼ਰਧਾ ਵੀ ਚੱਕਣਾ ਚੂਰ ਹੋ ਜਾਏਗੀ, ਉਹਦਾ ਪਿਆਰ ਵੀ ਚੱਕਣਾ ਚੂਰ ਹੋ ਜਾਏਗਾ, ਨਹੀਂ ਰਹੇਗਾ ਉਹਦੇ ਕੋਲ। ਔਰ ਉਹ ਗਵਾਇਆ ਕਿੰਨੇ? ਤੁਸੀਂ ਗਵਾਇਆ ਜਿਨ੍ਹਾਂ ਨੇ 40 ਦਿਨ ਦਾ ਅੰਕੜਾ ਦਿੱਤਾ। ਨੰਬਰ 2, ਅਤੇ ਇੱਕ ਹੋਰ ਗੱਲ ਨੂੰ ਸਮਝ ਲਓ, ਗੁਰੂ ਬਾਣੀ ਇਸ ਤਰ੍ਹਾਂ ਨਹੀਂ ਹੈ ਕਿ ਜੰਤਰ ਮੰਤਰ ਦੀ ਤਰ੍ਹਾਂ
ਇੱਦਾਂ ਕਰੋ ਜੀ, ਇੰਨੇ ਦਿਨ ਕਰੋ, ਇੰਨੇ ਦਿਨ ਦਵਾਈ ਖਾਓ, ਤੇਰਾ ਬੁਖਾਰ ਹਟ ਜਾਏਗਾ, ਬਿਮਾਰੀ ਹਟ ਜਾਏਗੀ, ਇੰਨੇ ਦਿਨ ਦਾ ਕੋਰਸ ਹੈ। ਗੁਰਬਾਣੀ ਇਸ ਤਰ੍ਹਾਂ ਦਾ ਕੋਰਸ ਨਹੀਂ ਹੈ ਦਾਤਾਂ ਦੇਣ ਵਾਸਤੇ। ਤੁਸੀਂ ਗੁਰੂ ਦੇ ਨੇੜੇ ਵੈਸੇ ਹੀ ਲੱਗੋ, ਬਿਨਾਂ ਗਿਣਤੀ ਤੋਂ ਲੱਗੋ, ਬਿਨਾਂ ਦਿਨਾਂ ਨੂੰ ਯਾਦ ਕੀਤਿਆਂ ਲੱਗੋ। ਗੁਰੂ ਵੈਸੇ ਝੋਲੀਆਂ ਭਰਨ ਵਾਸਤੇ ਤਿਆਰ ਰਹਿੰਦਾ, ਔਰ ਝੋਲੀਆਂ ਕਿਵੇਂ ਭਰਦਾ ਹੈ? ਤੁਹਾਡੇ ਕਰਮ ਸਹੀ ਹੋ ਜਾਣ, ਤੁਹਾਨੂੰ ਕਮਾਉਣ ਦੀ ਜਾਚ ਸਹੀ ਆ ਜਾਏ, ਤੁਹਾਨੂੰ ਵਰਤਣ ਦੀ ਜਾਚ ਸਹੀ ਆ ਜਾਏ, ਜ਼ਿੰਦਗੀ ਜਿਉਣ ਦਾ ਢੰਗ ਸਹੀ ਆ ਜਾਏ, ਆਪਣੇ ਆਪ ਹੀ ਤਰੱਕੀ ਦੇ ਦਰਵਾਜ਼ੇ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਮੰਗਦੇ ਹੋ ਵੀ ਮੈਂ ਆਪਣਾ ਉਹ ਕੰਮ 'ਤੇ ਨਾ ਛੱਡਾਂ, ਆਪਣਾ ਕਰਦਾਰ ਨਾ ਸੁਧਾਰਾਂ, ਆਪਣੀ ਠੱਗੀ ਬੇਈਮਾਨੀ ਹੋ ਕੇ ਝੋਰੇ ਨਾ ਛੱਡਾਂ, ਲੋਕਾਂ ਦੇ ਗਲੇ ਵੱਢਣੇ ਨਾ ਛੱਡਾਂ, ਪਰ ਮੈਂ 40 ਦਿਨ ਦਾ ਪਾਠ ਕਰ ਲੈਂਦਾ, ਸੇਵਾ ਕਰ ਲੈਂਦਾ, ਗੁਰੂ ਮੇਰੀ ਝੋਲੀ ਇਸ ਸ਼ਰਤ ਦੇ ਨਾਲ ਹੋਰ ਭਰ ਦੇਵੇ। ਤੋ ਕਹਿ ਮੈਂ ਇਹ ਗੱਲ ਕਰ ਰਿਹਾ ਸਾਂ ਵੀ ਗੁਰੂ ਦੀ ਬਾਣੀ ਨੂੰ ਕਿਸੇ ਮਕਸਦ ਦੀ ਪੂਰਤੀ ਵਾਸਤੇ ਨਾ ਵਰਤੋ, ਗੁਰੂ ਦੀ ਬਾਣੀ ਨੂੰ ਆਪਣੇ ਸੁਧਾਰ ਵਾਸਤੇ ਵਰਤੋ। ਅਤੇ ਜਦੋਂ ਤੁਹਾਡਾ ਸੁਧਾਰ ਹੋਏਗਾ, ਉਦੋਂ ਆਪਣੇ ਆਪ ਤੁਹਾਡੇ ਮਕਸਦ ਵੀ ਪੂਰੇ ਹੋਣਗੇ। ਚਲੋ ਮੈਨੂੰ ਦੂਜੇ ਢੰਗ ਦੇ ਨਾਲ ਕਹਿੰਦਾ, ਇੱਕ ਬੱਚਾ ਹੈ, ਸਕੂਲ ਦੇ ਅੰਦਰ ਜਾਂਦਾ ਹੈ ਅਤੇ ਕਿਤਾਬਾਂ ਪੜ੍ਹਦਾ ਹੈ, ਮਗਜ਼ਮਾਰੀ ਕਰਦਾ ਹੈ, ਕਿ ਉਹ ਇਹ ਮਕਸਦ ਲੈ ਕੇ ਕਰਦਾ ਹੈ ਵੀ ਆਹ ਸਾਲ ਮੈਂ ਪੜ੍ਹਨਾ ਹੈ ਅਤੇ ਉਦੋਂ ਬਾਅਦ ਮੇਰੇ ਕੋਲ ਇੰਨੇ ਆਉਣੇ ਸ਼ੁਰੂ ਹੋ ਜਾਣੇ? ਨਹੀਂ, ਉਹ ਪੜ੍ਹ ਪੜ੍ਹ ਕੇ ਆਪਣੇ ਆਪ ਨੂੰ ਘੜ ਘੜ ਕੇ ਆਪਣੇ ਅੰਦਰ ਗਿਆਨ ਭਰ ਭਰ ਕੇ ਇਸ ਕਾਬਲ ਬਣਾ ਲੈਂਦਾ ਹੈ, ਆਪਣੇ ਅੰਦਰ ਉਹ ਯੋਗਤਾ ਪੈਦਾ ਕਰ ਲੈਂਦਾ ਹੈ ਵੀ ਅਜੇ ਉਹ ਕਾਲਜ ਯੂਨੀਵਰਸਿਟੀ ਵਿੱਚੋਂ ਬਾਹਰ ਆਇਆ ਵੀ ਨਹੀਂ ਹੁੰਦਾ ਅਤੇ ਕੰਪਨੀਆਂ ਵਾਲੇ ਵੱਡੇ ਵੱਡੇ ਉਹਨਾਂ ਦੇ ਕੋਲ ਆਪਣੇ ਆਪ ਆਣ ਕੇ ਔਫਰ ਦੇਣੀ ਸ਼ੁਰੂ ਕਰ ਦਿੰਦੇ, ਅਸੀਂ ਇੰਨੇ ਦਾ ਪੈਕੇਜ ਦਿੰਦੇ ਹਾਂ, ਸਾਡੇ ਨਾਲ ਕੰਮ ਕਰੇਗਾ, ਸਾਡੀ ਕੰਪਨੀ ਵਿੱਚ ਕੰਮ ਕਰੇਗਾ। ਪਰ ਕਦੋਂ? ਜਦੋਂ ਉਹ ਯੋਗ ਬਣਿਆ। ਤੁਸੀਂ ਆਪਣੇ ਆਪ ਨੂੰ ਯੋਗ ਬਣਾਓ, ਆਪਣਾ ਕਰਦਾਰ ਚੰਗਾ ਬਣਾਓ, ਬੇਈਮਾਨੀ ਛੱਡੋ, ਹੌਕੇ ਕਲੇਸ਼ ਛੱਡੋ, ਲੋਕਾਂ ਦਾ ਗਲਾ ਵੱਡਾ ਵੱਢਣਾ ਛੱਡੋ, ਉਸਤਤ ਨਿੰਦਾ ਛੱਡੋ, ਚੰਗੇ ਬਣੋ। ਜਦੋਂ ਚੰਗੇ ਬਣ ਜਾਓਗੇ ਤਾਂ ਗੁਰੂ ਤਾਂ ਆਪਣੇ ਆਪ ਹੀ ਆਖੇਗਾ ਵੀ ਦੱਸ ਚਾਹੁੰਦਾ ਕੀ ਹੈ। ਗੁਰੂ ਤਾਂ ਆਪਣੇ ਆਪ ਹੀ ਤੁਹਾਡੇ ਵਾਸਤੇ ਰਾਹ ਖੋਲ੍ਹ ਦੇਗਾ। ਪਰ ਤੁਸੀਂ ਇਹ ਚਾਹੁੰਦੇ ਹੋ ਵੀ ਉਹਨਾਂ ਚੀਜ਼ਾਂ ਵਿੱਚੋਂ ਇੱਕ ਵੀ ਨਾ ਛੱਡੀਏ, ਪਰ ਦੂਸਰੇ ਪਾਸੇ ਮਕਸਦ ਵੀ ਪੂਰਾ ਹੋ ਜਾਏ। ਇਹਨੂੰ ਮੈਂ ਇੱਦਾਂ ਬਿਆਨ ਕਰਾਂ, ਇਹ ਚਾਹੁੰਦੇ ਹੋ ਵੀ ਜਿਹੜੀ ਬੈਡ ਸਮੈਲ ਆ ਰਹੀ ਹੈ, ਦੁਰਗੰਧੀ ਆ ਰਹੀ ਹੈ, ਉਹ ਮੈਨੂੰ ਨਾ ਆਵੇ, ਪਰ ਜਿਹੜੀ ਜਗ੍ਹਾ 'ਤੇ ਮੈਂ ਰੂੜੀ ਦੇ ਗੰਦ ਦੇ ਢੇਰ 'ਤੇ ਖਲੋਤਾਂ, ਉਹ ਰੂੜੀ 'ਤੇ ਖਲੋਣ ਦੀ ਜਗ੍ਹਾ ਵੀ ਨਾ ਬਦਲਾਂ, ਪਰ ਮੈਨੂੰ ਜਿਹੜੀ ਇਹ ਨਾ ਗੰਦਗੀ ਦੀ ਬਦਬੋ ਉਹ ਨਾ ਆਵੇ, ਇਹ ਤਾਂ ਨਹੀਂ ਨਾ ਹੋ ਸਕਦਾ। ਜਗ੍ਹਾ ਬਦਲੋਗੇ, ਚੰਦਨ ਦੇ ਬਾਗ ਵਿੱਚ ਜਾਓਗੇ, ਆਪਣੇ ਆਪ ਉਹ ਜਿਹੜੀ ਗੰਦੀ ਸਮੈਲ ਆ ਰਹੀ ਸੀ ਨਹੀਂ ਆਏਗੀ। ਤੁਸੀਂ ਚਾਹੁੰਦੇ ਹੋ ਵੀ ਉਹ ਗੰਦਗੀ ਮੇਰੇ ਕੋਲ ਰਹੇ ਪਰ ਨਾਲ ਲੱਗਦੀ ਮੈਨੂੰ ਸੁਗੰਧੀ ਚੰਦਨ ਦੀ ਆਵੇ, ਦੋਵੇਂ ਗੱਲਾਂ ਕਦੇ ਨਹੀਂ ਹੁੰਦੀਆਂ। ਖੈਰ, ਤੁਸੀਂ ਚਾਹੁੰਦੇ ਹੋ ਰਵਾਂ ਮੈਂ ਹਨੇਰੇ ਦੇ ਅੰਦਰ, ਅੱਖਾਂ ਬੰਦ ਕਰਕੇ ਰਵਾਂ, ਪਰ ਸੂਰਜ ਦਾ ਪ੍ਰਕਾਸ਼, ਸੂਰਜ ਦਾ ਫਰਜ਼ ਬਣਦਾ ਹੈ ਉਹ ਮੇਰੇ ਜੀਵਨ ਵਿੱਚ ਪ੍ਰਕਾਸ਼ ਕਰੇ। ਭਲਿਆ ਕੌਣ ਤੈਨੂੰ ਦੱਸੇ ਵੀ ਉਹ ਤਾਂ ਪ੍ਰਕਾਸ਼ ਕਰ ਰਿਹਾ ਹੈ, ਤੇਰੀਆਂ ਅੱਖਾਂ ਬੰਦ ਨੇ। ਗੁਰੂ ਸਭ ਕੁਝ ਦੇਣ ਵਾਸਤੇ ਤਿਆਰ ਹੈ ਤੇਰੇ ਸੁਧਾਰ ਤੋਂ ਬਾਅਦ, ਪਰ ਤੂੰ ਸੁਧਾਰਨਾ ਨਹੀਂ ਚਾਹੁੰਦਾ ਆਪਣੇ ਆਪ ਨੂੰ, ਤੂੰ ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹੁੰਦਾ। ਤੁਸੀਂ ਪਤਾ ਕਿਵੇਂ ਦਾ ਸਮਝ ਲਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ? ਤੁਸੀਂ ਆਟਾ ਚੌਲ ਦਾਲ ਜਾਂ ਕੰਮਾਂ ਦੀ ਪੂਰਤੀ ਕਰਨ ਵਾਲਾ ਸਮਝ ਲਿਆ, ਆਟਾ ਦਾਲ ਚੌਲ ਦੇਣ ਵਾਲਾ ਸਮਝ ਲਿਆ। ਅਤੇ ਅੱਜ ਦੇ ਜ਼ਮਾਨੇ ਦੇ ਅੰਦਰ ਅਤੇ ਜਿਹੜੀਆਂ ਪਾਰਟੀਆਂ ਦਾਅਵਾ ਕਰਦੀਆਂ ਨਾ ਵੀ ਅਸੀਂ ਜਿੱਤ ਗਏ ਅਤੇ ਤੁਹਾਨੂੰ ਆਟਾ ਦਾਂਗੇ, 20 ਸਿਰ ਮਹੀਨੇ ਦਾ, ਇੰਨੇ ਚੌਲ ਦਿਆਂਗੇ, ਨਾ ਘਿਓ ਦਿਆਂਗੇ, ਨੀ ਦਾਲ ਦਿਆਂਗੇ, ਜਿਹੜੀਆਂ ਪਾਰਟੀਆਂ ਦਾਅਵਾ ਕਰਦੀਆਂ ਨੇ, ਅਤੇ ਜਿਹੜੇ ਸਿਆਣੇ ਰਾਜਨੀਤਿਕ ਨੇ ਉਹ ਕਹਿੰਦੇ ਨੇ ਇਹਨਾਂ ਨੂੰ ਇਹ ਦੇਣ ਦਾ ਲਾਲਚ ਨਾ ਪਾਓ, ਇਹਨਾਂ ਨੂੰ ਨਪੁੰਸਕ ਨਾ ਬਣਾਓ, ਇਹਨਾਂ ਨੂੰ ਉੱਦਾਂ ਦਾ ਬਣਾਓ, ਤਿਆਰ ਕਰੋ ਵੀ ਆਟਾ ਦਾਲ ਚੌਲ ਕਮਾਉਣ ਦੇ ਯੋਗ ਬਣ ਜਾਣ। ਗੁਰੂ ਵੀ ਤੁਹਾਨੂੰ ਯੋਗ ਬਣਾਉਂਦਾ। ਪਰ ਜਿਵੇਂ ਰਾਜਨੀਤਿਕ ਪਾਰਟੀਆਂ ਕਹਿੰਦੀਆਂ ਨਾ ਵੀ ਅਸੀਂ
ਅਸੀਂ ਜਿੱਤ ਗਏ ਤੇ ਆਟਾ ਦਾਲ ਚੌਲ ਦਿਆਂਗੇ, ਐਵੇਂ ਆ ਜਿਹੜਾ ਪਖੰਡੀ ਸਾਧ ਲਾਣਾ ਚਿੱਟੀ ਸਿਉਂ ਕੇ ਨਾ, ਉਹ ਵੀ ਇਦਾਂ ਹੀ ਕਹਿੰਦੇ ਨੇ, ਇੰਨੇ ਦਿਨ ਸਾਡੇ ਡੇਰੇ ਤੇ ਆਓ, ਇੰਨੇ ਪਾਠ ਕਰੋ, ਤੁਹਾਨੂੰ ਆਟਾ ਮਿਲ ਜਾਏਗਾ, ਚੌਲ ਮਿਲ ਜਾਣਗੇ, ਦਾਲ ਮਿਲ ਜਾਏਗੀ, ਆ ਮਕਸਦ ਦੀ ਪੂਰਤੀ ਹੋ ਜਾਏਗੀ। ਉਹ ਮਕਸਦ ਹੀ ਮੈਂ ਇੱਕ ਵਾਰੀ ਨਹੀਂ, ਕਈ ਵਾਰ ਆਪਣੀ ਵੀਡੀਓਜ਼ ਦੇ ਅੰਦਰ ਇਹ ਗੱਲ ਚੈਲੇਂਜ ਦੇ ਰੂਪ ਵਿੱਚ ਕਹਿ ਚੁੱਕਾ, ਕਰੋ ਜਿੰਨੇ ਸੰਪਟ ਪਾਠ ਕਰਨੇ ਨੇ, ਖਰਚਾ ਅਸੀਂ ਦੇਣ ਲਈ ਤਿਆਰ ਹਾਂ, ਕਰੋ ਜਿੰਨੇ ਚਲੀਏ ਕੱਟਣੇ ਨੇ ਕੱਟੋ, ਜਿੰਨੇ ਚੁਪਹਿਰੇ ਕੱਟਣੇ ਨੇ ਕੱਟੋ, ਖਰਚਾ ਅਸੀਂ ਭਰਨ ਲਈ ਤਿਆਰ ਹਾਂ। ਪਰ ਜਿਹੜਾ ਗੌਰਮੈਂਟ ਤੋਂ ਹੱਕ ਮੰਗਦੇ ਹੋ ਵੀ ਬਾਗੀ ਸਿੰਘ ਜੇਲ੍ਹਾਂ ਦੇ ਅੰਦਰ ਬੰਦ ਨੇ, ਉਹ ਛੁੱਟ ਜਾਣ, ਰਿਹਾਅ ਹੋ ਜਾਣ, ਸਾਨੂੰ ਆਹ ਹੱਕ ਮਿਲ ਜਾਣ, ਸਾਨੂੰ ਆਹ ਮਿਲ ਜਾਏ, ਸਾਨੂੰ ਉਹ ਮਿਲ ਜਾਏ, ਤੁਸੀਂ ਚਲੀਏ ਕੱਟ ਕੇ ਕਿਉਂ ਨਹੀਂ ਲੈ ਲੈਂਦੇ? ਤੁਸੀਂ ਰੁੱਝੇ ਰੱਖ ਕੇ ਕਿਉਂ ਨਹੀਂ ਲੈ ਲੈਂਦੇ? ਤੁਸੀਂ ਉਹ ਇਹਨਾਂ ਦੇ ਢੰਗ ਦੇ ਨਾਲ, ਜਿਵੇਂ ਇਹ ਕਹਿੰਦੇ ਨੇ ਵੀ ਇੰਨੇ ਖੰਡ ਪਾਠ ਕਰਾਓ, ਸੰਪਟ ਕਰਾਓ, ਆਹ ਕਰਾਓ, ਉਸ ਢੰਗ ਨਾਲ ਕਿਉਂ ਨਹੀਂ ਲੈ ਲੈਂਦੇ? ਪਰ ਨਹੀਂ, ਇਹ ਸਭ ਕੁਝ ਹੁੰਦਿਆਂ ਵੇਖਦਿਆਂ ਵੀ ਆਮ ਲੋਕ ਕਬੂਤਰ ਦੀ ਤਰ੍ਹਾਂ ਅੱਖਾਂ ਬੰਦ ਕਰਕੇ ਇਹਨਾਂ ਦੇ ਮਗਰ ਮਗਰ ਤੁਰੇ ਜਾਂਦੇ ਨੇ, ਕਿਉਂਕਿ ਉਹਨਾਂ ਨੇ ਤੁਹਾਡੀ ਦੁੱਖ ਦੀ ਨਬਜ਼ ਨੂੰ ਪਛਾਣਿਆ ਹੁੰਦਾ ਹੈ, ਤੁਹਾਡੀ ਕਮਜ਼ੋਰੀ ਨੂੰ ਪਛਾਣਿਆ ਹੁੰਦਾ ਹੈ। ਅਤੇ ਤੁਹਾਡੀ ਕਮਜ਼ੋਰੀ ਇਹ ਵੀ ਤੁਸੀਂ ਪਹਿਲਾਂ ਦੁਖੀ ਹੋ, ਅਤੇ ਜੇ ਤੁਸੀਂ ਉਹ ਕਰਨ ਤੋਂ ਜਵਾਬ ਦਿੰਦੇ ਹੋ ਤਾਂ ਉਹਨਾਂ ਦਾ ਕੋਈ ਨਾ ਕੋਈ ਜੇਲਾ ਚਪਾਟਾ ਆਣ ਕੇ ਕਹਿ ਦਿੰਦਾ, ਵੇਖ ਲਈ ਮਹਾਂਪੁਰਸ਼ਾਂ ਦੇ ਬੋਲ ਖਾਲੀ ਨਹੀਂ ਜਾਂਦੇ, ਫਲਾਣੇ ਨੇ ਵੀ ਇੱਦਾਂ ਜਵਾਬ ਦਿੱਤਾ ਸੀ, ਉਹਦਾ ਨੁਕਸਾਨ ਹੋ ਗਿਆ ਸੀ, ਤੁਸੀਂ ਪਹਿਲਾਂ ਡਰੇ ਹੋ, ਉਹ ਹੋਰ ਡਰਾ ਦਿੰਦੇ ਨੇ। ਖੈਰ, ਤੁਸੀਂ ਆਪਣੇ ਆਪ ਨੂੰ ਯੋਗ ਬਣਾਓ, ਆਪਣੇ ਆਪ ਨੂੰ ਕਾਬਲ ਬਣਾਓ, ਆਪਣੀ ਸ਼ਮਤਾ ਵਧਾਓ, ਆਪਣੀ ਔਕਾਤ ਵਧਾਓ, ਆਪਣੀ ਹੈਸੀਅਤ ਵਧਾਓ। ਲੋਕ ਆ ਜਿਹੜੀ ਤਰੱਕੀ ਹੈ, ਜਿਹੜੀ ਮਾਇਆ ਹੈ, ਇਹ ਆਪਣੇ ਆਪ ਤੁਹਾਡੀ ਝੋਲੀ ਦੇ ਅੰਦਰ, ਤੁਹਾਡੇ ਕਦਮਾਂ ਦੇ ਅੰਦਰ ਡਿੱਗਣੀ ਸ਼ੁਰੂ ਹੋ ਜਾਏ। ਖੈਰ, ਜਿਹੜੇ ਪਾਠ ਕਰਨੇ ਨੇ ਉਹ ਗਿਣਤੀ ਕਰਕੇ ਨਹੀਂ, ਨਾ ਦਿਨਾਂ ਦੀ ਨਾ ਪਾਠਾਂ ਦੀ, ਪਾਠ ਕਰੋ, ਉਹਨੂੰ ਮੰਨੋ, ਆਪਣੇ ਉੱਤੇ ਲਾਗੂ ਕਰੋ। ਕੋਈ ਦਿਨਾਂ ਦੀ ਗਿਣਤੀ, ਕੋਈ ਪਾਠਾਂ ਦੀ ਗਿਣਤੀ ਦਾ ਵਿਧਾਨ ਗੁਰਮਤਿ ਦੇ ਅੰਦਰ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।